ਆਹ ਵੇਖ ਲਓ ਵੀ ਸਰ ਜਣੇ ਹਾਲ ਆਹ ਹਾਲ ਜੀ ਇਹ ਤੁਹਾਨੂੰ ਵਿਖਾਵਾਂ ਇਹ ਯਾਦਗਾਰ ਕਿਹਦੀ ਆ ਆਹ ਝਾਤੀ ਮਾਰਿਓ ਬਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੰਪਨੀ ਬਾਗ ਵਿਖੇ ਇਹ ਜਿਹੜਾ ਬੁੱਤ ਆ ਇਹ ਲੱਗਾ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਹ ਹਾਲ ਵੇਖ ਲਓ ਆਹ ਵੇਖੋ ਇਹ ਜਿਹੜਾ ਬੁੱਤ ਇੱਥੇ ਲੱਗਾ ਹੋਇਆ ਇੱਥੇ ਰੋਜ਼ਾਨਾ ਜਿਹੜੇ ਆ ਉਹ ਸੈਲਾਨੀ ਵੀ ਆਉਂਦੇ ਆ ਅਤੇ ਆਮ ਸ਼ਹਿਰੀ ਜਿਹੜੇ ਨੇ ਉਹ ਵੀ ਇੱਥੋਂ ਦੇ ਲੋਕ ਜਿਹੜੇ ਨੇ ਸੈਰ ਸਪਾਟਾ ਕਰਦੇ ਆ ਸ਼ਾਮ ਨੂੰ ਅਤੇ ਹਾਲਾਤ ਇੱਥੇ ਇਸ ਕਦਰ ਕੀਤੇ ਹੋਏ ਆ ਪ੍ਰਬੰਧਕਾਂ ਨੇ ਲਾ ਲਓ ਸਰਕਾਰ ਨੇ ਲਾ ਲਓ ਜਿਵੇਂ ਵੀ ਆ ਕਿਉਂਕਿ ਕਰੋੜਾਂ ਰੁਪਈਏ ਜਿਹੜੇ ਨੇ ਮੇਰੇ ਖਿਆਲ ਨਾਲ ਇੱਥੇ ਲੱਗੇ ਹੋਏ ਆ ਅਤੇ ਦੁਰਦਸ਼ਾ ਵੇਖ ਲਓ ਆਹ ਵੇਖੋ ਕੀ ਹਾਲ ਬਣਾ ਛੱਡਿਆ ਕੋਈ ਸਮਝ ਨਹੀਂ ਲੱਗਦੀ ਵੀ ਇੰਨੀਆਂ ਇੰਨੀਆਂ ਰਕਮਾਂ ਲੱਗੀਆਂ ਹੋਣ ਅਤੇ ਉਸ ਮਹਾਨ ਰਾਜੇ ਦੇ ਜਿਹਨੂੰ ਦੁਨੀਆ ਮੰਨਦੀ ਆ ਉਹਦੇ ਬੁੱਤ ਦੇ ਕੋਲ ਇੰਨੀ ਦੁਰਦਸ਼ਾ ਹੋਈ ਹੋਵੇ ਆਹ ਵੇਖ ਲਓ ਆਹ ਕੁਝ ਜੇ ਆਹ ਖੱਟੀਆਂ ਕੱਟੀਆਂ ਜੇ ਆਪਾਂ ਕੋਈ ਜਿਹੜੀ ਗੱਲ ਆ ਨਾ ਉਹ ਕਹਿਣ ਤੇ ਕਰਨ ਵਾਲੀ ਨਹੀਂ ਵੇਖੋ ਕਿੰਨੀ ਬੁਰੀ ਦੁਰਦਸ਼ਾ ਵਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੰਪਨੀ ਬਾਗ 'ਚ ਲੱਗਾ ਬੁੱਤ ਗੱਲ ਕੋਈ ਕਰਨ ਵਾਲੀ ਨਹੀਂ ਬਸ ਇੰਨਾ ਹੀ ਆ ਕਿ ਜੇ ਕਿਤੇ ਆ ਜਿਹੜੀ ਵੀਡੀਓ ਆ ਇਹ ਪੁੱਜਦੀ ਪਜਾਉਂਦੀ ਸਰਕਾਰ ਤੱਕ ਜਾਂ ਇੱਥੋਂ ਕੰਪਨੀ ਬਾਗ ਅੰਮ੍ਰਿਤਸਰ ਦੇ ਪ੍ਰਬੰਧਕਾਂ ਤੱਕ ਪਹੁੰਚੇ ਅਤੇ ਉਹ ਕਿਰਪਾ ਕਰਨ ਅਤੇ ਜਿੱਥੇ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਇਹ ਯਾਦਗਾਰ ਜਿਹੜੀ ਬਣਾਈ ਗਈ ਆ ਉਹਦੇ ਵੱਲ ਧਿਆਨ ਦੇਣ ਪੌੜੀਆਂ ਟੁੱਟ ਚੁੱਕੀਆਂ ਵਾਂ ਜਗ੍ਹਾ ਜਗ੍ਹਾ ਤੋਂ ਪਲੇਟਾਂ ਉੱਖੜੀਆਂ ਪਈਆਂ ਵਾਂ ਅਤੇ ਵੇਖੋ ਆ ਕੀ ਬਣਿਆ ਲਾਗੇ ਲਾਗੇ ਜੰਗਲ ਆ ਜੰਗਲ ਬਣਾ ਛੱਡਿਆ ਇੰਨੀ ਖੂਬਸੂਰਤ ਜਿਹੜੀ ਯਾਦਗਾਰ ਅਤੇ ਲਾਗੇ ਕੀ ਬਣਾ ਛੱਡਿਆ ਆ ਮੈਨੂੰ ਬਹੁਤ ਦੁੱਖ ਆ ਇਸ ਗੱਲ ਦਾ ਕਿ ਇੱਧਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸ਼ਾਇਦ ਆ ਵੀਡੀਓ ਜਿਹੜੀ ਆ ਸਰਕਾਰ ਤੱਕ ਪਹੁੰਚੇ ਜਾਂ ਇੱਥੋਂ ਦੇ ਪ੍ਰਬੰਧਕਾਂ ਤੱਕ ਪਹੁੰਚੇ ਅਤੇ ਹੁਣੇ ਆਪਣੀ ਨੀਂਦ ਤਿਆਗ ਦੇਣ ਇਹੋ ਹੀ ਉਮੀਦ ਆ।